दरअसल मेरी घड़ी जी जहाज रह गई। जहाज है? हाँ। वैसे किड़ा जहाज अपने को? ओ जी 500 सीटर हैगा, नौकरा नु भेज दे दा सब्जी सुब्जी लैन। मेरे को भी जहाज हैगा। अच्छा 4 सीटर? वाह जी वाह। अपना काका लेके गया ही स्कूले। अच्छा जी। ओ ऐ की स्कूल च भी ठुक बढ़ाउणी हुंदी कि नहीं? वैसे भाई साहब ਤੁਸੀਂ ਕਿੱਥੋਂ? ਭਾਈ ਸਾਹਿਬ ਤੁਹਾਨੂੰ ਨਹੀਂ ਪਤਾ ਮੈਂ ਕਿੱਥੋਂ? ਨਾ ਜੀ ਨਾ, ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਭਾਈ ਸਾਹਿਬ ਮੈਂ ਭੂੰਡਗੜ ਤੋਂ। ਭੂੰਡਗੜ ਕੇ? ਭਾਈ ਸਾਹਿਬ ਪੱਬਾ ਪੱਬਾ ਭੂੰਡ। ਅੱਛਾ ਜੀ ਅੱਛਾ ਅੱਛਾ। ਤੇ ਅੱਬਾ ਰਹੇ ਹੈ ਕਿੱਥੋਂ? ਮੈਂ ਜੀ ਭੂਤਗੜ। ਪੁੱਛੋ ਹੀ ਨਾ, ਇੰਨੇ ਕੰਮ ਕਾਰ ਨਾ। ਚਲੋ ਨਹੀਂ ਪੁੱਛਦੇ, ਪੁੱਛਿਆ ਤਾਂ ਦੱਸਦੇ ਆ, ਦੱਸਦੇ ਆ। ਤੁਸੀਂ ਅਮਰੀਕਾ ਦਾ ਨਾਮ ਸੁਣਿਆ? ਹਾਂਜੀ ਜ਼ਰੂਰ ਸੁਣਿਆ। ਬਸ ਉੱਥੇ ਜਿਹੜਾ ਸਟੈਚੂ ਆਫ ਲਿਬਰਟੀ ਹੈ, ਉਹ ਕਿਹਨੇ ਬਣਵਾਇਆ? ਹਾਂ ਜੀ ਮੈਂ ਬਣਾਇਆ। ਭਾਈ ਯਾਰ ਮੁਬਾਰਕ। ਹੈਲੋ ਵੀ, ਤੁਸੀਂ ਦੱਸੋ ਆਪਣਾ ਸਟੈਚੂ ਆਫ ਲਿਬਰਟੀ ਤਾਂ ਤੁਸੀਂ ਬਣਾਤਾ। ਹਾਂ, ਪਰ ਬਣਾਇਆ ਕਿੱਥੇ? ਸਮੁੰਦਰ 'ਚ। ਤੇ ਸਮੁੰਦਰ ਕਿਹਨੇ ਬਣਾਇਆ? ਤੁਸੀਂ? ਹੋਰ ਤੇਰੇ ਪਿਓ ਨੇ ਬਣਾਇਆ? ਨਹੀਂ ਬਣਾਇਆ। ਮਜ਼ਾਕ ਵਗੈਰਾ ਚੱਲਦਾ ਹੀ ਰਹਿੰਦਾ। ਇੱਕ ਗੱਲ ਦੱਸੋ ਮੈਨੂੰ। ਪੁੱਛੋ। ਦੇਖੋ ਭਾਈ ਸਾਹਿਬ, ਹਾਲਾਤ ਤੇ ਦੇਖੋ ਆਪਣੇ ਇੱਕੋ ਜਿਹੇ ਨੇ, ਪਰ ਆਪਣਾ ਖਾਨਦਾਨ ਕਿਹੜਾ ਵੱਜਦਾ ਹੈ? ਬਸ ਮੈਂ ਮਹਾਰਾਜਾਂ ਦੇ ਖਾਨਦਾਨ ਨਾਲ ਤਾਲੁਕਾਤ ਰੱਖਦਾ। ਮੇਰਾ ਘਰ ਐਡਾ ਵੱਡਾ ਹੈ, ਐਡਾ ਵੱਡਾ ਹੈ, ਐਡਾ ਵੱਡਾ ਹੈ। ਕਿੱਡਾ ਕੁ ਵੱਡਾ? ਮੈਂ ਕੀ ਦੱਸਾਂ ਕਿੱਡਾ ਵੱਡਾ। ਮੈਨੂੰ ਲੱਗਦਾ ਧਰਤੀ ਮੋਗੀ ਹੋਣੀ ਆ। ਫਿਰ ਭਾਈ ਸਾਹਿਬ, ਜਦੋਂ ਮੈਂ ਪੈਦਾ ਹੋਇਆ ਉਦੋਂ ਮੈਂ ਛੋਟਾ ਬੱਚਾ ਸੀ। ਅੱਛਾ ਜੀ। ਹਾਂ ਜੀ। ਫਿਰ ਮੈਨੂੰ ਲੱਗਾ ਮੈਨੂੰ ਵੱਡਾ ਹੋਣਾ ਚਾਹੀਦਾ, ਫਿਰ ਮੈਂ ਬੜਾ ਹੋ ਗਿਆ। ਚਲੋ ਇਹ ਤੇ ਚੰਗਾ ਕੀਤਾ ਕਿ ਨਹੀਂ? ਫਿਰ ਮੈਨੂੰ ਸਕੂਲ ਜਾਣ ਲਈ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ। ਪਿਤਾ ਜੀ ਨੇ ਕਿਹਾ ਆਪਣੇ ਘਰ ਦੇ ਵਿੱਚ ਹੀ ਸਕੂਲ ਹੈ। ਬਸ ਫਿਰ ਜਦੋਂ ਮੈਂ ਬਿਮਾਰ ਹੋਣਾ, ਘਰ ਦੇ ਵਿੱਚ ਹੀ ਹਸਪਤਾਲ ਸੀ। ਫਿਰ ਮੈਂ ਆਪਣੇ ਪਿਤਾ ਜੀ ਨੂੰ ਕਿਹਾ, ਪਿਤਾ ਜੀ ਮੈਂ ਬਾਹਰ ਜਾਣਾ ਚਾਹੁੰਦਾ ਘੁੰਮਣ ਲਈ। ਪਿਤਾ ਜੀ ਕਹਿੰਦੇ ਬਾਹਰ ਜਾਣ ਦੀ ਕੀ ਲੋੜ ਹੈ, ਆਪਣੇ ਘਰ ਦੇ ਵਿੱਚ ਹੀ ਵਿਦੇਸ਼ ਹੈ। ਸਾਡੇ ਘਰ ਦੇ ਵਿੱਚ ਇੰਗਲੈਂਡ। ਸੱਚੀ? ਹਾਂ ਜੀ, ਅਸੀਂ ਬਹੁਤ ਅਮੀਰ ਹੈ। ਹਾਂ ਜੀ ਭਾਈ ਸਾਹਿਬ, ਫਿਰ ਤੁਹਾਨੂੰ ਮੇਰੇ ਬਾਰੇ ਪਤਾ ਨਹੀਂ ਜੇ? ਸਾਡਾ ਘਰ ਵੀ ਬਹੁਤ ਵੱਡਾ, ਇੰਨਾ ਵੱਡਾ, ਇੰਨਾ ਵੱਡਾ ਭਾਈ ਸਾਹਿਬ, ਅਸੀਂ ਆਪ ਹੀ ਗਵਾ ਜਾਂਦੇ। ਸਾਡੀਆਂ ਘਰ ਦੀਆਂ ਜਿੰਨੀਆਂ ਪੀੜ੍ਹੀਆਂ ਉਹ ਅੱਜ ਤੱਕ ਸਾਡਾ ਘਰ ਪੂਰਾ ਹੀ ਨਹੀਂ ਵੇਖ ਸਕੀਆਂ। ਕੀ ਬਾਤ ਹੈ! ਜੰਮਦੇ ਨੇ, ਜਵਾਨ ਹੁੰਦੇ ਨੇ, ਬੁੱਢੇ ਵੀ ਹੋ ਜਾਂਦੇ ਨੇ, ਫਿਰ ਮਰ ਜਾਂਦੇ ਨੇ, ਘਰ ਸਵਾਹ ਵੇਖਣਾ। ਚਲੋ ਵਧੀਆ ਗੱਲ ਹੈ।
ਭਾਈ ਸਾਹਿਬ ਇੱਕ ਗੱਲ ਤੇ ਤੁਹਾਨੂੰ ਪਤਾ ਹੀ ਨਹੀਂ ਹੋਣੀ। ਨਾ ਮੈਨੂੰ ਕਿੱਥੇ ਨਹੀਂ ਪਤਾ ਹੋਣੀ। ਨਹੀਂ ਪਤਾ ਜੀ, ਸਾਡੇ ਘਰ 'ਚ 8 ਸਮੁੰਦਰ ਨੇ। ਪਤਾ ਮੈਂ ਸੁਣਿਆ ਉਹ 4 ਸੁੱਕੇ ਆ ਤੇ 4 ਗਿੱਲੇ ਆ ਤੇ ਕਿੰਨੇ ਪਹਾੜ ਨੇ। ਆ ਸ਼ਿਮਲਾ ਤੇ ਅਸੀਂ ਐਤਕੀ ਹਿਮਾਚਲ ਨੂੰ ਦਿੱਤਾ ਭਾਈ ਸਾਹਿਬ। ਉਹ ਬਸ ਕਰੋ, ਕੁੱਤਾ ਸੁਣ ਰਹੇ ਆ, ਗੱਪ ਦੀ ਵੀ ਹੱਦ ਹੁੰਦੀ ਹੈ। ਭਾਈ ਸਾਹਿਬ ਗੱਪ ਨਹੀਂ ਹੈ, ਸੱਚਾਈਆਂ ਨੇ। ਮੈਂ ਤੇ ਤੇਰੇ ਨਾਲ ਬੋਲਣਾ ਹੀ ਨਹੀਂ, ਤੇਰਾ ਤੇ ਲੈਵਲ ਹੀ ਨਹੀਂ ਹੈਗਾ। ਮੈਂ ਤੇ ਤੇਰੇ ਨਾਲ ਗੱਲ ਹੀ ਨਹੀਂ ਕਰਨੀ ਚਾਹੁੰਦਾ ਤੇ ਮੈਂ ਤੇਰੀ ਗੱਲ ਤੇ ਲਾਉਣਾ ਚਾਹੁੰਦਾ। ਉਹ ਚਲੋ ਛੱਡੋ ਭਾਈ ਸਾਹਿਬ, ਹੋ ਜਾਂਦਾ ਕਦੇ ਕਦੇ, ਗੱਲ ਠੰਡੀ ਪਾਓ, ਬਹਿ ਜਾਓ ਬਹਿ ਜਾਓ। ਚੰਗਾ ਭਾਈ ਸਾਹਿਬ ਮੈਂ ਚੱਲਦਾ, ਮੈਂ ਜਰਾ ਕੁ ਉੱਲੂ ਖਰੀਦ ਲਿਆਵਾਂ, ਪੰਜਾਬ 'ਚ ਗਰਮੀ ਬੜੀ ਹੋ ਗਈ ਹੈ, ਉਹਨੂੰ ਰੋਪੜ ਦੇ ਲਾਗੇ ਜੇ ਲਿਆਵਾਂ। ਸਹੀ ਗੱਲ ਹੈ ਭਾਈ ਸਾਹਿਬ, ਮੈਂ ਵੀ ਚੱਲਦਾ। ਮੈਂ ਇੱਕ ਨਵਾਂ ਦੇਸ਼ ਲਿਆ, ਮੈਂ ਉਹਦਾ ਉਦਘਾਟਨ ਕਰਨਾ ਹੈ, ਮੈਂ ਵੀ ਚੱਲਦਾ। ਆ ਜਾਓ ਫਿਰ, ਬਸ ਆ ਗਈ। ਨਹੀਂ ਪਛਾਣ ਸਕੇ, ਪਛਾਣਿਆ ਨਹੀਂ ਨਾ ਤੁਸੀਂ ਮੈਨੂੰ। ਬਸ ਤੇ ਮੈਂ ਟੈਂਪੂ ਤੇ ਜਾਊਂਗਾ। ਚਲੋ ਮੈਂ ਚੱਲਦਾ ਲੰਘਣਾ। ਚਲੋ ਭਾਈ ਸਾਹਿਬ, ਚੰਗਾ ਜੀ ਫਿਰ, ਸਤਿ ਸ੍ਰੀ ਅਕਾਲ। ਬਦਤਮੀਜ਼ ਨੇ ਗੱਪੀ ਕਿਸੇ ਥਾਂ ਦੇ ਹੱਦ ਹੁੰਦੀ ਹੈ ਗੱਪ ਦੀ। ਮੈਂ ਇਹ ਕੀਤਾ, ਮੈਂ ਉਹ ਕੀਤਾ। ਹਾਂ ਜਾਨ, ਹਾਂ ਜਾ ਚ ਹਾਂ, ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠਾ। ਉਹ ਨਹੀਂ ਕੱਢਦਾ ਬਾਹਰ ਆਉਂਦਾ ਤਾਰੇ ਅਚਾਰ ਪਾਉਣਾ। ਕਿੰਨੇ ਕੁ ਚਾਹੀਦੇ ਮੇਰੀ ਜਾਨ ਨੂੰ ਤਾਰੇ? 2 ਕੁ ਦਰਜਨ ਬਹੁਤ ਨੇ। ਚੱਲ ਚੰਗਾ, ਡਰਾਈਵਰ ਸਾਹਿਬ ਲਾਈ ਮਰ ਜਾ ਤਾਰਾਂ ਵਾਲੀ ਗਲੀ ਦੇ ਬਾਹਰ। ਚੱਲ ਚੰਗਾ, ਉਤਰਨ ਲੱਗਿਆ ਦੇਖ ਕੇ ਆਉਂਦਾ ਤਾਰੇ। ਅਚਾਰ ਤਾਰੇ, ਪਾਗਲ ਹੋ ਗਿਆ। ਤਾਰਿਆਂ ਦਾ ਵੀ ਕੋਈ ਅਚਾਰ ਪੈਂਦਾ? ਅਤੇ ਜਿਹੜੇ ਮੈਂ ਦੁਬਈ ਦੇ ਤੇਲ ਵਿੱਚ ਪਕੌੜੇ ਬਣਾਏ ਨੇ ਉਹਦਾ ਕਿਆ ਮੁਕਾਬਲਾ? ਅਤੇ ਹੁਣ ਬਣਾਊਂਗਾ ਚੰਨ ਦਾ ਮੁਰੱਬਾ। ਓਏ ਆ ਗਿਆ ਮੈਂ।